ਹੈ ਅਲੀ ਪਾਕ ਵਾਸਤੇ। ਅਲੀ ਪਾਕ ਪੁੱਤਰੋ ਬਹੁਤ ਉੱਤੇ ਦੀ ਗੱਲ ਹੈ, ਬਹੁਤ ਉੱਤਰੇ ਦੀ ਮਾਮੂ। ਅਲੀ ਪਾਕ ਕੋਲੋਂ ਇੱਕ ਬੰਦੇ ਪੁੱਛਿਆ ਭਾਈ ਮੈਂ ਅੱਜ ਦਿਹਾੜੀ ਕੀ ਖਾਸਾਂ, ਉਹਨਾਂ ਫਿਰ ਮੈਂ ਫਲਾਣੀ ਚੀਜ਼ ਖਾਸਾਂ। ਉਹ ਤਾਂ ਉਹ ਫਿਰ ਕਰ ਗਿਆ, ਉਸ ਆ ਗਿਆ ਮੈਂ ਅੱਜ ਇਹ ਖਾਣੀ ਨਹੀਂ, ਅੱਜ ਮੈਂ ਇਹ ਉਹ ਚੀਜ਼ ਵੀ ਮੈਨੂੰ ਪਤਾ ਦੱਸਾਂਗਾ ਅੰਦਰ ਕਲਿਆਂ। ਉਹਨੇ ਕਿਹਾ ਮੈਂ ਇਹ ਚੀਜ਼ ਅੱਜ ਖਾਣੀ ਨਹੀਂ। ਤੋ ਆਪਨੇ ਫਰਮਾਇਆ ਜੇ ਤੂੰ ਇਹ ਖਾਵੇਂ ਨਾ ਤਾਂ ਮੈਂ ਅਲੀ ਨਹੀਂ। ਅਸਾਂ ਅਜੇ ਉਹ ਰੋਂਦੇ ਹੈ ਐਡੀਆਂ ਐਡੀਆਂ ਖੋਪੜੀਆਂ, ਕਿਹਾ ਰਵਾਇਤ ਜ਼ਈਫ ਹੈ, ਕਵੀ ਹੈ, ਪਲਾਨ ਹੈ, ਪਲਾਨ ਹੈ ਸਾਰਾ ਇਲਮ ਇੱਥੇ ਹੀ ਅੰਡ ਪਾਉਂਦਾ ਹੈ। ਉਹ ਮੇਰੇ ਕਲੇਜੇ ਕੇ ਟੁਕੜੋ, ਆਪਨੇ ਫਰਮਾਇਆ ਜੇ ਖਾਵੇਂ ਨਾ ਨਾ ਅਲੀ ਪਾਕ ਤੁਸੀਂ ਵੀ ਸੁਣਿਆ। ਉਹਨਾਂ ਨੇ ਕਹਾ ਕਿ ਇਹ ਨਾ ਤੂੰ ਖਾਵੇਂ ਮੈਂ ਅਲੀ। ਉਹ ਕਰ ਗਿਆ, ਜਨਾਨੀ ਨੂੰ ਪੁੱਛਿਆ ਕੇਸ਼ ਹੈ ਬਣਾਈ ਆ, ਉਹਨੇ ਉਹ ਹੀ ਦੱਸੀ ਜਿਹੜੀ ਅਲੀ ਪਾਕ। ਉਸ ਅਗਾ ਮੈਂ ਖਾਣੀ ਨੇ ਜਾ ਮਦੀਨੇ ਸ਼ਰੀਫ ਦੇ ਬੰਦਿਆਂ ਦੇ ਘਰਾਂ ਚ ਜਾ ਸਿਆਬਾ ਪਾ ਦੇ ਕੋਈ ਜਿਹੜੀ ਚੀਜ਼, ਉਹ ਗਏ ਤੇ ਸਾਰਿਓ ਉਹੀ ਪਕਾਈ। ਉਸ ਅਗਾ ਮੈਂ ਖਾਣੀ ਨਹੀਂ, ਅੱਜ ਵੇਹਦੇ ਹਾਂ ਕਿ ਅਲੀ ਦੀ ਬਾਤ ਹੋਤੀ ਹੈ ਪੂਰੀ। ਉਹ ਫਿਰ ਬਾਹਰ ਨਿਕਲ ਗਿਆ, ਮਦੀਨੇ ਸ਼ਰੀਫ ਤੋਂ ਇੱਕ ਕਾਫਲਾ ਆਇਆ, ਕਾਫਲੇ ਵਾਲਿਆਂ ਨੂੰ ਰੋਕਿਆ, ਅਗਰ ਮੈਂ ਮਰਨ ਲੱਗਾ ਮੈਨੂੰ ਕੋਈ ਚੀਜ਼ ਦਿਓ, ਉਹਨਾਂ ਉਹੀ ਚੀਜ਼ ਦਿੱਤੀ। ਆਦੇ ਮੈਂ ਚੀਜ਼ ਖਾਣੀ ਨਹੀਂ, ਉਹਨਾਂ ਕੋਲ ਸੀ ਡੰਡਾ ਚੰਗਾ ਟਕਾ ਕੇ। ਉਹ ਕਾਫਲੇ ਦੇ ਮਰਦ ਨੇ ਆਖਿਆ, ਉਹਨੇ ਕਿਹਾ ਲੰਮਾ ਕਰੋ ਇਹਨੂੰ ਉਹਦੇ ਮੂੰਹ ਵਿੱਚ ਪਾਓ, ਤੇ ਲੰਮਾ ਕਰਕੇ ਜਦੋਂ ਖਿਲਾਇਆ ਨਾ ਤੇ ਮੁੜ ਕੇ ਮੂੰਹ ਸਾਫ ਕਰਨ ਆਇਆ, ਅੱਗੋਂ ਮੌਲਾ ਅਲੀ ਆਏ, ਫਰਮਾਇਆ ਕੇ ਖਾਦੇ ਅਖੇ, ਉਹ ਵੀ ਖਾਦੇ ਤੇ ਮਾਰ ਵੀ ਖਾਦੇ। ਆਪਨੇ ਫਰਮਾਇਆ ਪੁੱਤਰ ਜੇ ਅਲੀ ਦੀ ਮਰ ਜਾਂਦਾ ਹੈ ਤੇ ਫਿਰ ਸ਼ੈ ਹੀ ਲੱਭਣੀ ਸੀ, ਮਾਰ ਨਹੀਂ ਸੀ ਲੱਭਦੇ। ਕੋਈ ਸਮਝ ਆਈ ਇਹ ਨਹੀਂ? ਉਹ ਫਿਰ ਇੱਕ ਬੰਦੇ ਪੁੱਛਿਆ ਬੇ ਇੰਜ ਕਰਕੇ ਇਹ ਮੈਂ ਇੱਕ ਵਾਰੀ ਟੀਵੀ ਤੇ ਪੁੱਛਿਆ ਸੀ ਇੱਕ ਦੋ ਨੰਬਰ ਪੀਰ ਕੋਲ, ਉਹਦੀ ਤਾਂ ਮਾਂ ਹੀ ਮਰ ਗਈ ਸੀ ARYQ ਟੀਵੀ ਪੇ। ਉਹ ਕਹਿੰਦਾ ਸੀ ਮੇਰੇ ਨਾਲ 3600 ਜਿੰਨ ਹੈ, ਉਹ ਮੈਂ ਕਿਹਾ ਜਾ ਕੰਮ ਕਰ, ਜਿੰਨ ਮਿੰਨ ਸੇ ਫਕੀਰ ਆ ਗਏ ਹੁੰਦਾ, ਫਕੀਰ ਜਿੰਨੋ ਮਿੰਨੋ ਸੇ। ਉਹ ਫਕੀਰ ਨੂੰ ਕਹਿਣ ਲੱਗੇ ਜਿੰਨਾ ਮਿੰਨਾ ਨਾਲ, ਫਕੀਰ ਦੇ ਇੱਕ ਇੱਕ ਮੁਰੀਦ ਕਰੋੜਾਂ ਜਿੰਨਾ ਜੈਸੇ ਹੁੰਦੇ ਨੇ ਜੈਸੇ ਕਿ ਮਨਜ਼ੂਰ। ਇੰਜ ਕਰਕੇ ਉਹਨੇ ਹੱਥ ਇੰਜ ਪਾਇਆ ਜੇਵੇ, ਉਸਨੇ ਕਿਹਾ ਅਲੀ ਹਰ ਵਕਤ ਕਿਆ ਤੇਰੇ ਤੇ ਸਲੂਨੀ ਬਤਾਓ ਫਿਰ ਅਦਾਲਮ ਹੋ ਜਾਣਦੇ ਹੋ ਮਾਫੀ ਜੇ ਮੇਰੀ ਜੇਬ ਮੇ ਕਿਆ ਹੈ। ਹਜ਼ਰਤ ਨੇ ਉਹ ਸ਼ਾਇਦ ਦੱਸੀ ਤੇ ਉਹਨੇ ਕਿਹਾ ਅਲੀ ਹੈਰਤ ਕੀ ਬਾਤ ਹੈ, ਇਹ ਮੇਰੀ ਬੀਵੀ ਨੂੰ ਵੀ ਨਹੀਂ ਸੀ ਪਤਾ, ਤੈਨੂੰ ਕਿਵੇਂ ਪਤਾ ਹੈ, ਕਿਸ ਤਰ੍ਹਾਂ ਪਤਾ ਲੱਗ ਜਾਂਦਾ ਹੈ ਤੁਝੇ? ਆਪਨੇ ਫਰਮਾਇਆ ਦੱਸ ਤੇਰੇ ਹੱਥ ਮੇ ਉਂਗਲੀਆਂ ਕਿਤਨੀਆਂ? ਉਹਨੇ ਗਿਣੀਆਂ ਨਹੀਂ, ਉਂਝ ਹੀ ਕਿਹਾ ਪੰਜ, ਗਿਣੀਆਂ ਮਿਣੀਆਂ ਨਹੀਂ। ਹੁਣ ਮੈਂ ਜੇ ਤੁਹਾਨੂੰ ਆਖਾਂ ਤੁਹਾਡੇ ਹੱਥ ਦੀ ਉਂਗਲੀਆਂ ਕਿਤੇ ਗਿਣੋਗੇ? ਤੁਹਾਡੇ ਵਿੱਚ ਜਿਹੜਾ ਗਿਣੇਗਾ ਹੱਥ ਖੜਾ, ਇਹਦਾ ਮਤਲਬ ਹੈ ਨਹੀਂ ਗਿਣੋਗੇ। ਆਪਨੇ ਫਰਮਾਇਆ ਦੱਸ ਹੱਥ ਦੀਆਂ ਉਂਗਲੀਆਂ ਕਿ? ਉਹਨੇ ਕਿਹਾ ਪੰਜ। ਫਰਮਾਇਆ ਗਿਣੀਆਂ ਕਿਉਂ ਨੇ? ਉਹਨੇ ਕਿਹਾ ਮੇਰੀਆਂ ਜੇ ਹੈ ਤੇ ਮੈਨੂੰ ਪਤਾ ਹੈ। ਫਰਮਾਇਆ ਕਾਇਨਾਤ ਮੇਰੀ ਜੋ ਹੈ ਮੈਨੂੰ ਖਬਰ ਹੈ।